हाँ जी सत श्री अकाल मेरे सारे पंजाबी वीरां नूं छोटा जिहा मैसेज लैके आया ध्यान नाल सुणिओ इहनूं जे गल समझ लगे इहनूं वध तों वध तुसीं शेयर करो लोकां तक पहुँचाओ। मैं हुण इस टाइम चंडीगढ़ दे विच खड़िआ तुसीं मोस्टली देख सकदे हो वी इन्ना सोहणा शहर किसी भी चीज़ की घाट नहीं हैगी शहर दे विच ते उहदे बावजूद भी लोकां ने जिहड़ी इत्थे दी सरकार चुनी सी ਉਹ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਚੁਣੀ ਸੀਗੀ ਅਤੇ ਮੈਂ ਹੁਣ ਇਹੀ ਦੱਸਣਾ ਮੇਰਾ ਵੀਡੀਓ ਬਣਾਉਣ ਦਾ ਸਿਰਫ ਇਹੀ ਮਕਸਦ ਆ ਵੀ ਇਹ ਚੀਜ਼ ਮੈਂ ਨਹੀਂ ਚਾਹੁੰਦਾ ਵੀ ਪੰਜਾਬ ਦੇ ਵਿੱਚ ਰਿਪੀਟ ਹੋਵੇ ਜਿਵੇਂ ਚੰਡੀਗੜ੍ਹ ਦੇ ਵਿੱਚ ਹੋਇਆ। ਲੋਕਾਂ ਨੇ ਚੁਣਿਆ ਤਾਂ ਆਮ ਆਦਮੀ ਨੂੰ ਸੀਗਾ ਪਰ ਥੋੜ੍ਹੀ ਜਿਹੀ ਪਹੁੰਚ ਕਰਕੇ ਥੋੜ੍ਹੀ ਜਿਹੀ ਜ਼ੋਰ ਕਰਕੇ ਥੋੜ੍ਹਾ ਦਬਦਬਾ ਹੋਣ ਕਰਕੇ ਧੱਕੇ ਨਾਲ ਉਹਨਾਂ ਨੇ ਦੋ ਤਿੰਨ ਪਾਰਟੀਆਂ ਨੂੰ ਮਿਲਾ ਕੇ ਫਾਈਨਲੀ ਜਿਹੜਾ ਮੇਅਰ ਹੈ ਉਹ ਦੁਬਾਰਾ ਬੀਜੇਪੀ ਦਾ ਆ ਗਿਆ ਕਾਂਗਰਸ ਮਿਲ ਕੇ। ਅਤੇ ਠੀਕ ਹੈ ਚੰਡੀਗੜ੍ਹ ਦੇ ਵਿੱਚ ਹੋਇਆ ਪਰ ਯਾਰ ਅਸੀਂ ਨਹੀਂ ਬਰਦਾਸ਼ਤ ਕਰਦੇ ਵੀ ਸਾਡੇ ਪੰਜਾਬ ਦੇ ਵਿੱਚ ਵੀ ਐਵੇਂ ਹੋਵੇ। ਇਹਨਾਂ ਪਾਰਟੀਆਂ ਨੇ ਜਿੰਨਾ ਇਹਨਾਂ ਦੇ ਵਿੱਚ ਜ਼ੋਰ ਹੈ ਇਹਨਾਂ ਨੇ ਲਾ ਤਿਆ ਉਹ ਚੀਜ਼ ਨੂੰ। ਆਉਣ ਵਾਲੇ ਹੁਣ 14 ਫਰਵਰੀ ਨੂੰ ਇਲੈਕਸ਼ਨ ਆ ਰਿਹਾ ਇਹੀ ਮੋਸਟਲੀ ਚੀਜ਼ਾਂ ਹੁਣ ਪੰਜਾਬ ਦੇ ਵਿੱਚ ਵੀ ਰਿਪੀਟ ਹੋਣੀਆਂ ਨੇ ਅਤੇ ਮੈਂ ਤਾਂ ਨਹੀਂ ਚਾਹੂੰਗਾ ਵੀ ਇਹ ਚੀਜ਼ ਪੰਜਾਬ ਦੇ ਵਿੱਚ ਵੀ ਹੋਵੇ। ਆਈ ਡੋਂਟ ਨੋ ਕਿ ਤੁਹਾਡੀ ਕੀ ਸੋਚ ਆ ਤੁਸੀਂ ਕੀ ਚਾਹੁੰਦੇ ਹੋ ਇਹ ਚੀਜ਼ ਨੂੰ ਲੈ ਕੇ। ਮਤਲਬ ਇੰਨਾ ਸਾਫ ਸੁਥਰਾ ਮੈਂ ਤੁਹਾਨੂੰ ਦਿਖਾਉਂਦਾ ਇਹ ਤਾਂ ਚਲੋ ਖੈਰ ਮੈਂ ਰੋਜ਼ ਗਾਰਡਨ ਦੇ ਵਿੱਚ ਖੜਿਆ ਮੈਂ ਤੁਹਾਨੂੰ ਰੋਡ ਵੀ ਦਿਖਾ ਦਾਂਗਾ ਚੰਡੀਗੜ੍ਹ ਦੇ ਤੁਸੀਂ ਆ ਕੇ ਖੁਦ ਵੀ ਵਿਜ਼ਿਟ ਕਰਕੇ ਦੇਖ ਲਿਓ ਇੱਥੇ। ਮਤਲਬ ਇੰਨਾ ਸਾਫ਼ ਸੁਥਰਾ ਹੋਣ ਦੇ ਬਾਵਜੂਦ ਯਾਰ ਕਿਸੇ ਚੀਜ਼ ਦੀ ਘਾਟ ਹੀ ਨਹੀਂ ਸੀਗੀ। ਫਿਰ ਵੀ ਕੀ ਰੀਜ਼ਨ ਸੀਗਾ ਕਿ ਲੋਕਾਂ ਨੇ ਆਮ ਆਦਮੀ ਨੂੰ ਵੋਟ ਪਾਈ ਹੈ? ਕਿਉਂਕਿ ਉਹਨਾਂ ਨੂੰ ਕੋਈ ਉਮੀਦ ਸੀਗੀ, ਉਹਨਾਂ ਨੂੰ ਪਤਾ ਆ ਵੀ ਹੋਰ ਵੀ ਇੰਪਰੂਵ ਕੀਤਾ ਜਾ ਸਕਦਾ। ਆਪਣਾ ਤਾਂ ਯਾਰ ਪੰਜਾਬ ਲਾਗੇ ਤਾਗੇ ਵੀ ਨਹੀਂ ਹੈ ਸਾਫ਼ ਸਫਾਈ ਦੇ ਮਾਮਲੇ ਵਿੱਚ। ਤੁਹਾਨੂੰ ਕੀ ਲੱਗਦਾ ਜਿੱਡੇ ਜਿੱਡੇ ਇੱਥੇ ਪਾਰਕ ਬਣੇ ਹੋਏ ਆ ਆਪਣੇ ਪੰਜਾਬ ਦੇ ਵਿੱਚ ਸਪੇਸ ਨਹੀਂ ਹੈਗੀ ਯਾਰ? ਇੰਨੀਆਂ ਗੌਰਮੈਂਟ ਦੀਆਂ ਸਾਮਲਾਟ ਨੇ ਜਿੱਥੇ ਵਧੀਆ ਵਧੀਆ ਪਾਰਕ ਬਣ ਸਕਦੇ ਆ। ਹਰ ਇੱਕ 5 ਪਿੰਡਾਂ ਨੂੰ ਲੱਗਦਾ ਇੱਕ ਵੱਡਾ ਪਾਰਕ ਬਣ ਸਕਦਾ ਜਿੱਥੇ ਜਵਾਕ ਵੀ ਖੇਡਣੇ ਆ ਸਾਰਾ ਕੁਝ ਸਭ ਕੁਝ ਹੋਵੇ। ਯਾਰ ਅਗਲ 'ਤੇ ਹੱਥ ਮਾਰੋ ਹੁਣ ਪਾਰਟੀਆਂ। ਤੁਸੀਂ ਮੰਨ ਲਓ ਰਿਸ਼ਤੇਦਾਰੀ ਦੇ ਚੱਕਰ ਵਿੱਚ ਜਾਂ ਆਪਣੇ ਆਪ ਇਹ ਸੋਚ ਕੇ ਵੋਟ ਪਾਉਂਦੇ ਹੋ ਵੀ ਯਾਰ ਚੱਲ ਉਹ ਕਾਂਗਰਸੀ ਨੇ ਪੱਕੇ ਉਹਨਾਂ ਨੂੰ ਕਾਂਗਰਸ ਨੂੰ 4 ਕਬੂਟਾਂ ਉੱਧਰ ਪਾ ਦਿਓ 4 ਕੁੱਧਰ। ਯਾਰ ਕਿਉਂ ਆਪਣੇ ਫਿਊਚਰ ਨਾਲ ਆਪਣੇ ਭਵਿੱਖ ਨਾਲ ਕਿਉਂ ਖਿਲਵਾੜ ਕਰ ਰਹੇ ਹੋ ਸਾਰੇ? ਯਾਰ ਥੋੜ੍ਹਾ ਜਿਹਾ ਸਮਝੋ ਇਸ ਚੀਜ਼ ਨੂੰ। ਪਲੀਜ਼ ਰਿਕੁਐਸਟ ਆ ਤੁਹਾਡੇ ਅੱਗੇ ਲੀਡਰ ਸਹੀ ਚੁਣੋ ਜਿਹੜਾ ਆਪਣਾ ਸੋਚ ਕੇ ਨਾ ਚੁਣੋ ਅੱਗੇ ਆਪਣੇ ਬੱਚਿਆਂ ਦਾ ਸੋਚ ਕੇ ਚਲੋ। ਤੁਹਾਡੀ ਤਾਂ ਲੰਘ ਗਈ ਯਾਰ ਜਿਵੇਂ ਦੀ ਲੰਘਣੀ ਸੀਗੀ। ਲੀਡਰ ਵਧੀਆ ਚੁਣੋ ਇਹ ਥੋੜ੍ਹੀ ਜਿਹੀ ਅਕਲ 'ਤੇ ਹੱਥ ਮਾਰੋ, ਅਨਪੜ੍ਹਤਾ ਨਾ ਦਿਖਾਓ। ਪਲੀਜ਼ ਰਿਕੁਐਸਟ ਆ ਮੇਰੇ ਸਾਰੇ ਪੰਜਾਬੀ ਵੀਰਾਂ ਨੂੰ ਚੰਗਾ ਕੰਮ ਕਰ ਲਿਓ ਇਸ ਵਾਰ ਕੁਛ 14 ਫਰਵਰੀ ਨੂੰ ਚੰਗਾ ਕੰਮ ਚੰਗਾ ਸੋਚ ਕੇ ਜਾਇਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਆਪਾਂ ਨੂੰ ਰਿਜ਼ਲਟ ਵਧੀਆ ਮਿਲਣ। ਕਿਉਂਕਿ 5 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ ਨਹੀਂ ਪੰਜਾਬ ਨੂੰ ਸੁਧਾਰਿਆ ਜਾ ਸਕਦਾ, ਸਾਫ਼ ਸੁਥਰਾ ਕੀਤਾ ਜਾ ਸਕਦਾ। ਇਹਨੂੰ ਲੱਗਣਗੇ ਤਾਂ 15-20 ਸਾਲ, ਪਰ 15-20 ਸਾਲ ਦੇ ਕੇ ਵੀ ਤਾਂ ਹੀ ਫਾਇਦਾ ਜੇ ਅੱਗੇ ਪਾਰਟੀ ਅੱਗੇ ਚੰਗੀ ਹੋਵੇ ਜਿਹੜੀ ਕੰਮ ਕਰੇ। ਨਹੀਂ ਤਾਂ ਫਿਰ ਆਉਣ ਵਾਲੇ 100 ਸਾਲ, 150 ਸਾਲ, 200 ਹਜ਼ਾਰ ਸਾਲ ਐਵੇਂ ਲੰਘਣਗੇ ਬਾਈ ਜਿਵੇਂ ਹੁਣ ਤੱਕ ਲੰਘਦੇ ਆਏ ਆ। ਜੇ ਤੁਸੀਂ ਚੰਗਾ ਬੰਦਾ ਚੁਣ ਲਓਗੇ ਤਾਂ ਆਉਣ ਵਾਲੇ 15-20 ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਸੁਧਾਰ ਹੋ ਜੂਗਾ ਪੰਜਾਬ ਦਾ ਵੀ ਤੁਹਾਨੂੰ ਤੁਸੀਂ ਖੁਦ ਯਕੀਨ ਨਹੀਂ ਕਰੋਗੇ ਵੀ ਇਹ ਚੀਜ਼ ਵੀ ਪੋਸੀਬਲ ਸੀਗੀ, ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਪਲੀਜ਼ ਰਿਕੁਐਸਟ ਵਾਲੀ ਗੱਲ ਆ।